ਇਹ ਨਾਗਰਿਕ ਜਿਹਨੂੰ ਸਹਾਰਾ ਹੀ ਗੌਰਮੈਂਟ ਦਾ, ਇਹਨਾਂ ਨੂੰ ਜਦੋਂ ਹੋਰ ਦੇ ਮਾਫ ਹੋਏ, ਇਹਨਾਂ ਦਾ ਕਿਉਂ ਨਹੀਂ ਮਾਫ ਹੋਇਆ? ਜੇ ਗੌਰਮੈਂਟ ਜਿਹੜੇ ਰੈਫਰ ਕਰ ਰਹੇ, ਇੰਨੇ ਕੇਸ ਰੈਫਰ ਹੋਏ ਸਟੇਟ ਦੇ, ਅਤੇ ਜੇਕਰ ਉਹ ਗੌਰਮੈਂਟ ਕੋਲ ਹੋਣਗੇ, ਗੌਰਮੈਂਟ ਉਹਨਾਂ ਨੂੰ ਤਾਂ ਟ੍ਰੀਟਮੈਂਟ ਤਾਂ ਦੇਗਾ, ਉਹਦੇ ਲਈ ਡਾਕਟਰ ਵੀ ਲਾਏਗਾ, ਉਹਦੇ ਲਈ ਨਰਸ ਵੀ ਲਾਏਗਾ, ਉਹਨਾਂ ਲਈ ਮੈਡੀਸਨ ਵੀ ਲਾਏਗਾ ਕਰੇਗਾ, ਅਤੇ ਜਿੰਨੇ ਇੱਥੇ ਕਿੰਨੇ ਸਵੇਰੇ ਦਿਨ ਰਾਤ ਸੇਵਾਦਾਰ ਲੱਗੇ ਆ, ਲਗਭਗ 45 ਲੱਖ ਦੇ ਕਰੀਬ ਸੈਲਰੀ ਹੋਣੀ ਹੈ ਨਾ ਹਰ ਮਹੀਨੇ ਦੀ, ਸਾਲ ਦੀ ਨਹੀਂ, ਅਤੇ ਲੱਖਾਂ ਦਾ ਖਰਚਾ ਡੇਲੀ ਦਾ, ਅਤੇ ਇਹ ਸਾਰਾ ਖਰਚਾ ਗੌਰਮੈਂਟ ਦੇ ਅਸੀਂ ਬਿਨਾਂ ਸਪੋਰਟ ਤੋਂ ਆਪਣੇ ਨਾਗਰਿਕ ਨੂੰ ਬਚਾਉਣ ਦੇ ਲਈ ਅਤੇ ਸੰਗਤ ਦੇ ਸਹਿਯੋਗ ਨਾਲ ਕੋਸ਼ਿਸ਼ ਕਰਦੇ ਹਾਂ ਹੋਰ ਲੋੜਾਂ ਰੋਕ ਕੇ, ਕਿਉਂਕਿ ਬੀਬੀਆਂ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਬੀਬੀਆਂ, ਕਈ ਤਾਂ ਵਿਚਾਰੀਆਂ ਡਿਪਰੈਸ਼ਨ ਤੋਂ ਪੀੜਤ ਹੈ, ਉਹਨਾਂ ਦੀਆਂ ਅਲੱਗ ਨੀਡਸ ਹੈਗੀਆਂ, ਕਈਆਂ ਦੀ ਮਾਨਸਿਕ ਹਾਲਤ ਇੱਦਾਂ ਦੀ ਹੈਗੀ ਹੈ, ਕਈਆਂ ਨੂੰ ਵਿਦ ਕੰਟੀਜੀਅਸ ਡਿਜ਼ੀਜ਼ ਹੁੰਦੇ, ਇੱਕ ਪਰਿਵਾਰ ਨੂੰ ਇੱਕ ਮਹੀਨੇ ਦੀ 300 ਯੂਨਿਟ ਫਰੀ ਹੈ, ਅਤੇ ਇਹ ਸਾਡੇ ਨਾਗਰਿਕ, ਇਹ ਘਰ ਜਿਹਦਾ ਹੋਮ ਫਾਰ ਜਿਹੜਾ ਹੈਲਪਲੈਸ, ਜਿਹਦੇ ਵਿੱਚ ਲਗਾਤਾਰ ਹੀ ਨਾਗਰਿਕ ਦਾਖਲ ਹੋ ਰਹੇ ਹੈ, ਅਤੇ ਇਸ ਦੇ ਵਿੱਚ ਵੀ 50 ਯੂਨਿਟਾਂ ਵੀ ਜੇ ਤੁਸੀਂ ਦੇ ਦਿਓ ਤਾਂ ਵੀ ਸਾਨੂੰ ਬਿਜਲੀ ਦੀ ਪ੍ਰੋਬਲਮ ਨਹੀਂ ਆਉਣੀ, ਔਰ ਅਸੀਂ ਸੋਲਰ ਪੈਨਲ ਵੀ ਕਿੰਨੇ ਲਾਏ ਹੋਏ ਹਾਂ। ਕਮਰਸ਼ੀਅਲ ਮਸ਼ੀਨਾਂ ਕਿੰਨੀਆਂ ਲੱਗੀਆਂ ਹੋਈਆਂ ਜਗ੍ਹਾ ਜਗ੍ਹਾ 'ਤੇ, ਅਲੱਗ ਅਲੱਗ ਵਿੰਗਾਂ ਦੇ ਵਿੱਚ ਵੱਡੀਆਂ ਕਮਰਸ਼ੀਅਲ ਮਸ਼ੀਨਾਂ, ਕੱਪੜੇ ਧੋਣੇ, ਸੁਕਾਉਣੇ, ਅਤੇ ਫਿਰ ਮੈਡੀਕਲ ਇਕੁਪਮੈਂਟ ਇਹਨਾਂ ਦੇ, ਫਿਜ਼ੀਓਥਰੈਪੀ, ਮਤਲਬ ਇੰਨਾ ਕੁਝ ਜਿਹੜਾ ਜਿਹਦੇ ਨਿਰਭਰ ਕਰਦੇ ਸੀ, ਸਾਰਾ ਕੁਝ ਬਿਜਲੀ 'ਤੇ ਨਿਰਭਰ ਕਰਦਾ ਸੀ, ਔਰ ਬਿਜਲੀ ਇੰਨੀ ਇੰਪੋਰਟੈਂਟ ਸਮਝ ਕੇ ਅਸੀਂ ਪਿੰਡ ਪਿੰਡ ਤੱਕ ਪਹੁੰਚਾਈ ਹੈ ਕਿ ਇਹਨਾਂ ਨਾਗਰਿਕਾਂ ਦੀ ਜਾਨ ਤੋਂ ਜ਼ਿਆਦਾ ਇੰਪੋਰਟੈਂਟ ਹੋ ਗਈ ਬਿਜਲੀ, ਅਤੇ ਉਹ ਤਾਰ ਜੋੜਨੀ ਜ਼ਿਆਦਾ ਇੰਪੋਰਟੈਂਟ ਹੋ ਗਈ ਜਿਹੜੀ ਕੱਟਤੀ, ਫਿਰ ਬਿਜਲੀ ਤੁਸੀਂ ਟ੍ਰਾਂਸਫਾਰਮਰ ਵੀ ਡੈਮੇਜ ਕਰਤੇ। ਇਹ ਮਤਲਬ ਐਡੀ ਵੱਡੀ ਜਿਹੜੀ ਸਮੱਸਿਆ, ਇੱਕਦਮ ਇਹਨਾਂ ਦੇ ਹਾਲਾਤ ਇੱਕਦਮ ਸੀਰੀਅਸ ਬਣਾਉਣੇ, ਇਹਨਾਂ ਦੀ ਜਿਹੜੀ ਪਹਿਲਾਂ ਹੀ ਮਾਨਸਿਕ ਪੀੜਾ ਸੀ ਉਹ ਇੰਨੀ ਜ਼ਿਆਦਾ ਵਧਾਉਣੀ, ਅਤੇ ਇਹਨੂੰ ਮਤਲਬ ਜੇ ਆਪਾਂ ਫੀਲ ਕਰਕੇ ਦੇਖੀਏ ਵੀ ਕਿਸ ਤਰ੍ਹਾਂ ਇਹ ਜਿਹੜਾ ਇਹਨਾਂ ਦਾ ਦੁੱਖ ਹੈਗਾ ਉਹਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਜਿਹੜੇ ਡਿਪਾਰਟਮੈਂਟ ਹੈ ਗੌਰਮੈਂਟ ਦੇ, ਵਾਟਰ ਸਪਲਾਈ, ਸੈਨੀਟੇਸ਼ਨ, ਇਹਨਾਂ ਦਾ ਬਿੱਲ ਪਤਾ ਕਿੰਨਾ ਪੈਂਡਿੰਗ ਹੋਊਗਾ? ਇਹਨਾਂ ਦਾ ਬਿੱਲ ਪੈਂਡਿੰਗ 2000 ਕਰੋੜ ਤੋਂ ਉੱਪਰ ਪੈਂਡਿੰਗ ਪਿਆ ਹੋਣਾ, 2400 ਕਰੋੜ ਤੋਂ ਵੀ ਉੱਪਰ ਹੋਣਾ, 2400 ਕਰੋੜ ਤੋਂ ਉੱਪਰ ਹੋਣਾ, ਪਰ ਏਸੀ ਵੀ ਲੱਗੇ ਹੋਣਗੇ ਉਹਨਾਂ ਦੇ ਕੋਲ, ਅਤੇ ਉਹਨਾਂ ਦੇ ਕੋਲ ਹਰ ਤਰ੍ਹਾਂ ਦੀ ਸਹੂਲਤ ਵੀ ਹੈਗੀ ਹੈ, ਅਤੇ ਮਜਬੂਰੀ ਉਹਨਾਂ ਦੀ ਉਹ ਬਿੱਲ ਭਰਾ ਨਹੀਂ ਸਕੇ, ਉੱਥੇ ਕੋਈ ਕਨੈਕਸ਼ਨ ਨਹੀਂ ਕੱਟ ਹੋਇਆ। ਇੱਥੇ ਜਿਹੜਾ ਸੀ ਹੋਰ ਕੁਛ ਨਹੀਂ ਕੀਤਾ ਸਰਕਾਰ ਨੇ, ਅਤੇ ਸਿਰਫ ਇੱਕ ਬਿਜਲੀ ਦੀ ਉਹ ਗੱਲ ਸੀ, ਜੇ ਕੋਈ ਕਨਫਿਊਜ਼ਨ ਸੀ ਅਤੇ ਉਹਦਾ ਹੱਲ ਕੱਢਦੇ, ਜੇ ਹੋਰ ਨੂੰ ਤੁਸੀਂ ਯੂਨਿਟਾਂ ਫਰੀ ਦੇ ਸਕਦੇ ਹੈ ਅਤੇ ਇਹਨਾਂ ਨਾਲ ਵਿਤਕਰਾ ਕਿਉਂ, ਇਹਨੂੰ 50 ਯੂਨਿਟਾਂ ਤੁਸੀਂ ਕਿਵੇਂ ਨਹੀਂ, ਕਿਉਂ ਨਹੀਂ ਦੇ ਸਕਦੇ? ਪੰਜਾਬ ਸਰਕਾਰ ਦੇ ਵੱਲੋਂ ਘਰ ਘਰ ਮੁਫਤ ਬਿਜਲੀ ਦੀ ਸਹੂਲਤ ਹੈ ਜਿਹੜੀ ਉਹ ਦਿੱਤੀ ਗਈ ਹੈ, ਲੋਕਾਂ ਦੇ ਵੱਲੋਂ ਸਵਾਗਤ ਵੀ ਕੀਤਾ ਜਾਂਦਾ ਹੈ ਕਿ ਠੀਕ ਹੈ ਕੋਈ ਸਾਨੂੰ ਸਹੂਲਤ ਦਿੱਤੀ ਹੈ ਤਾਂ ਸਾਡੇ ਫਾਇਦੇ ਦੇ ਲਈ ਹੈ ਤਾਂ ਅਸੀਂ ਉਸ ਦੀ ਜਿਹੜੀ ਵਰਤੋਂ ਆ ਕਰ ਰਹੇ ਹਾਂ। ਪਰ ਇਸ ਦੇ ਨਾਲ ਹੀ ਬਿਜਲੀ ਦੇ ਨਾਲ ਜੁੜਿਆ ਹੋਇਆ ਮਾਮਲਾ ਇੱਕ ਸਾਹਮਣੇ ਆਇਆ, ਜਿਹੜਾ ਪ੍ਰਭ ਆਸਰਾ ਕੇਂਦਰ ਦੇ ਨਾਲ ਜੁੜਿਆ ਹੋਇਆ। ਇਸ ਸੰਸਥਾ ਦੇ ਲੋਕ ਵੀ ਦਾਅਵਾ ਕਰ ਰਹੇ ਨੇ, ਕਹਿ ਰਹੇ ਨੇ ਜਿਹੜੇ ਸੰਸਥਾ ਦੇ ਵਿੱਚ ਭਰਤੀ ਵੀ ਨੇ, ਜਿਹੜੀ ਸੰਸਥਾ ਉਹਨਾਂ ਦੇ ਲਈ ਸਹਾਰਾ, ਕਿ ਇਹ ਮੁਫਤ ਬਿਜਲੀ ਦੀ ਸਹੂਲਤ ਸਾਡੇ ਲਈ ਕਿਉਂ ਨਹੀਂ ਹੈ। ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਗੇ ਉਹ ਸਾਰੇ ਪਰਿਵਾਰ ਨੇ, ਇਹ ਸਾਰੇ ਜਿਹੜੇ ਇਸ ਪਰਿਵਾਰ ਦੇ ਲੋਕ ਨੇ ਉਹ ਵੀ ਕਹਿ ਰਹੇ ਨੇ ਕਿ ਸਾਡੇ ਲਈ ਇਹ ਸਹੂਲਤ ਕਿਉਂ ਨਹੀਂ ਹੈ। ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਜਾਂਦੀ ਹੋਈ ਸਰਕਾਰ ਨੇ ਬਹੁਤ ਸਾਰੇ ਲੋਕਾਂ ਦਾ ਬਿਜਲੀ ਬਿੱਲ ਮਾਫ਼ ਕੀਤਾ, ਪਰ ਉਦੋਂ ਵੀ ਇਸ ਸੰਸਥਾ ਦਾ ਬਿਜਲੀ ਦਾ ਬਿੱਲ ਜਿਹੜਾ ਮਾਫ਼ ਨਹੀਂ ਹੁੰਦਾ। ਕਿਉਂ ਨਹੀਂ ਹੋਇਆ, ਇਹਨਾਂ ਦੇ ਇਸ ਸੰਸਥਾ ਦੇ ਮੁਖੀ ਤੋਂ ਜਾਣਾਂਗੇ। ਭਾਈ ਸ਼ਮਸ਼ੇਰ ਸਿੰਘ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ, ਅਤੇ ਹੁਣ ਲੱਖਾਂ ਦਾ ਬਿੱਲ ਜਿਹੜਾ ਪੈਂਡਿੰਗ ਹੈ, ਜਿਸ ਦੀ ਵਜ੍ਹਾ ਕਰਕੇ ਬਿਜਲੀ ਕਨੈਕਸ਼ਨ ਹੈ ਜਿਹੜਾ ਇਸ ਸੰਸਥਾ ਦਾ ਕੱਟ ਦਿੱਤਾ ਗਿਆ, ਬਿਜਲੀ ਕਨੈਕਸ਼ਨ
ਕੱਟੇ ਜਾਣ ਦੇ ਨਾਲ ਜਿਹੜੀਆਂ ਇਹ ਜ਼ਿੰਦਗੀਆਂ ਨੇ ਜਿਹੜੀਆਂ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਨਾ, ਜਾਂ ਹੋਰ ਸੈਂਕੜੇ ਜ਼ਿੰਦਗੀਆਂ ਆਸ ਪਾਸ ਨੇ, ਜਾਂ ਇੱਕ ਕੇਂਦਰ ਹੋਰ ਵੀ ਆਪਣਾ ਬਾਸਰਾ ਦਾ ਜਿਹੜੀਆਂ ਉੱਥੇ ਨੇ, ਤਾਂ ਉਹਨਾਂ ਦੀ ਜਿਹੜੀ ਜ਼ਿੰਦਗੀ 'ਤੇ ਹਨੇਰਾ ਜਿਹੜਾ ਉਹ ਮਡਰਾਉਣ ਲੱਗਿਆ, ਕਿਉਂਕਿ ਉਹਨਾਂ ਦੇ ਕੋਲ ਬਿਜਲੀ ਨਹੀਂ ਹੈ, ਅੱਗੇ ਮੌਸਮ ਵੀ ਉਸ ਤਰ੍ਹਾਂ ਦਾ ਆ ਰਿਹਾ, ਗਰਮੀ ਹੋਣੀ ਹੈ, ਤਾਂ ਗਰਮੀ ਦੇ ਵਿੱਚ ਵੀ ਉਹਨਾਂ ਦੇ ਕੋਲ ਇਹ ਸਹੂਲਤ ਨਹੀਂ ਹੈ, ਜਨਰੇਟਰ ਦੇ ਨਾਲ ਜਿਹੜਾ ਗੁਜ਼ਰ ਬਸਰ ਹੈ ਉਹ ਕੀਤਾ ਜਾ ਰਿਹਾ। ਆ ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਮਸਲਾ ਕਦੋਂ ਦੀ ਬਿਜਲੀ ਕਨੈਕਸ਼ਨ ਕੱਟਿਆ ਗਿਆ, ਇਹ ਪੂਰਾ ਮਸਲਾ ਹੈ ਕੀ ਜੀ ਤੁਹਾਡਾ? ਬਿਲਕੁਲ, ਜਿਹੜੇ ਨਾਗਰਿਕ ਹੈਗੇ ਹੈ ਸਾਡੇ, ਅਲੱਗ ਅਲੱਗ ਜਿਹੜੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਤੋਂ ਪੀੜਿਤ ਨੇ, ਜਿਹਦੇ ਵਿੱਚ ਕਿ ਕੁਛ ਅਣਸਖਾਵੇਂ ਹਾਲਾਤਾਂ ਨੇ, ਕੋਈ ਡਿਪਰੈਸ਼ਨ 'ਚ ਧੱਕ ਦਿੱਤਾ, ਮਾਂ ਬਾਪ ਸਿਰ ਤੋਂ ਚਲੇ ਗਏ, ਅਤੇ ਉਸ ਦੇ ਵਿੱਚ ਬੱਚਾ ਉਹ ਇਕੱਲਾ ਰਹਿ ਗਿਆ ਅਤੇ ਰੋਣ ਲੱਗਿਆ, ਅਤੇ ਮਤਲਬ ਇਕੱਲਾ ਪਿਆ, ਅਤੇ ਉਹ ਕਹਿ ਰਿਹਾ ਜੋ ਤਿੰਨ ਤਿੰਨ ਕੋਠੀਆਂ ਤੱਕ ਸਮੈਲ ਜਾ ਰਹੀ ਹੈ ਕਿ ਮੈਨੂੰ ਸਾਈਨਾਈਡ ਦੇ ਦੇ, ਮੇਰੀ ਮੌਤ ਹੋ ਜਾਵੇ। ਇਹੋ ਜਿਹੇ ਕੇਸ ਜਦੋਂ ਪ੍ਰਸ਼ਾਸਨ ਕਹਿੰਦਾ ਸਾਡੇ ਹੱਥ ਖੜ੍ਹੇ ਹੈ, ਅਸੀਂ ਕਰ ਨਹੀਂ ਸਕਦੇ, ਫਿਰ ਇੱਥੇ ਦਾਖਲ ਹੋਏ, ਜਾਂ ਬਹੁਤ ਸਾਰੇ ਐਸੇ ਕੇਸ ਹੈਗੇ ਹਨ ਜਿਹਦੇ ਵਿੱਚ ਬੱਚੇ ਜਿਹੜੇ ਸੀ ਉਹ ਡਿਪਰੈਸ਼ਨ 'ਚ, ਬਜ਼ੁਰਗ ਬੈੱਡ ਦੇ ਉੱਤੇ ਪਿਆ, ਕਈਆਂ ਦੇ ਸਿਰਾਂ 'ਤੇ ਮਾਂ ਬਾਪ ਨਹੀਂ ਰਹੇ, ਉਹ ਬੱਚੀ ਹੈ, ਇੰਟਲੈਕਚੁਅਲ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ ਤੋਂ ਪੀੜਤ ਹੈ, ਜਾਂ ਫਿਰ ਉਹ ਬੱਚੇ ਜਿਹੜੇ ਕਿ ਡਿਪਰੈਸ਼ਨ 'ਚ ਗਏ ਹੋਏ ਆ, ਹੁਣ ਮਾਂ ਬਾਪ ਤੋਂ ਬਾਅਦ ਕੌਣ ਦੇਖੇ ਉਹਨਾਂ ਨੂੰ, ਕੋਈ ਘਰ 'ਚ ਟ੍ਰੈਜਡੀ ਹੋ ਗਈ ਇਸ ਕਰਕੇ ਘਰ ਦੇ ਰਸਤੇ ਭੁੱਲ ਗਿਆ, ਕਈਆਂ ਨੇ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਆਪਣੇ ਨੂੰ ਗ੍ਰਾਂਥਾਮਨ 'ਤੇ ਵੀ ਛੱਡਿਆ, ਕੋਈ ਡਮੈਂਸ਼ੀਆ ਕਰਕੇ ਘਰ ਦੇ ਰਸਤੇ ਭੁੱਲਿਆ, ਇਸ ਤਰ੍ਹਾਂ ਦੇ ਬਹੁਤ ਸਾਰੇ ਸਾਡੇ ਨਾਗਰਿਕ, ਅਤੇ ਜਿਹੜੇ ਕਿ ਪ੍ਰਭ ਆਸਰਾ ਸੰਸਥਾ ਦੇ ਵਿੱਚ ਪਿਛਲੇ 20 ਸਾਲਾਂ ਤੋਂ ਲਗਾਤਾਰ ਇੱਥੇ ਦਾਖਲ ਹੋਏ, ਜਿਨ੍ਹਾਂ ਦੀ ਗਿਣਤੀ ਲਗਭਗ 2100 ਦੇ ਲਗਭਗ, ਫਿਰ ਇੱਥੇ ਮੈਡੀਕਲ ਦਾ ਡਾਕਟਰ ਜਿਹੜੇ ਹੈਗੇ ਆ, ਪੈਰਾਮੈਡੀਕਲ ਸਟਾਫ ਹੈਗਾ, ਸਾਈਕੋਲੋਜਿਸਟ ਹੈਗੇ ਆ, ਜਿਵੇਂ ਸਾਰੇ ਫਾਰਮਾਸਿਸਟ, GDA, 200 ਮੈਂਬਰਾਂ ਦੀ ਟੀਮ, ਸੇਵਾਦਾਰਾਂ ਦੀ ਟੀਮ, ਦਿਨ ਰਾਤ ਇਹਨਾਂ ਦੀ ਸੇਵਾ 'ਚ ਹਾਜ਼ਰ ਹੈ, 1400 ਨਾਗਰਿਕ ਇੰਪਰੂਵ ਵੀ ਹੋਏ, ਅਤੇ ਲਗਾਤਾਰ ਮਤਲਬ ਜਿਹੜੀ ਹੈ ਨਵੇਂ ਨਵੇਂ ਕੇਸ, ਆਪਾਂ ਹੁਣ ਵੀ ਦੇਖੀਏ 10 ਜਨਵਰੀ ਨੂੰ, ਜਦੋਂ 10 ਜਨਵਰੀ 2024 ਨੂੰ ਜਦੋਂ ਕਨੈਕਸ਼ਨ ਕੱਟਿਆ ਗਿਆ, ਇੱਕਦਮ ਮਤਲਬ 10 ਜਨਵਰੀ ਦਾ ਆਪਾਂ ਅੰਦਾਜ਼ਾ ਲਾ ਕੇ ਦੇਖੀਏ ਕਿ ਉਸ ਵੇਲੇ ਸੂਰਜ ਵੀ ਨਹੀਂ ਸੀ ਦਿਖਦਾ, ਭਾਵੇਂ ਸੋਲਰ ਪੈਨਲ ਅਸੀਂ ਉੱਪਰ ਲਗਾਏ ਹੋਏ ਸੀ, ਅਤੇ ਜਦੋਂ ਕਨੈਕਸ਼ਨ ਹੀ ਕੱਟ ਦਿੱਤਾ, ਅਤੇ ਸੋਲਰ ਪੈਨਲ ਸਾਡਾ ਜਿਹੜਾ ਸੀ 75 ਕਿਲੋਵਾਟ ਦਾ, ਅਤੇ ਬਿਜਲੀ ਦੇ ਮਤਲਬ ਬਿਜਲੀ ਪੈਦਾ ਕਰਨ ਵਾਲਾ ਵੀ, ਅਤੇ ਦੂਜਾ ਜਿਹੜਾ ਪਾਣੀ ਗਰਮ ਕਰਨ ਵਾਲਾ ਸਿਸਟਮ ਸਾਰਾ ਉਹ ਵੀ ਲੱਗਿਆ ਹੋਇਆ ਸੀ, ਸਾਰੀਆਂ ਛੱਤਾਂ ਅਸੀਂ ਭਰੀਆਂ ਹੋਈਆਂ ਸੀ ਵੀ ਚਲੋ ਇਹ ਬਿਜਲੀ ਕ੍ਰੀਏਟ ਹੋਵੇ, ਅਤੇ ਸਰਕਾਰ ਕੋਲ ਵੀ ਜਿਹੜਾ ਜਾਵੇ ਅਸੀਂ ਜਿੰਨਾ ਵੱਧ ਤੋਂ ਵੱਧ ਹੈਲਪ ਕਰ ਸਕਦੇ ਹਾਂ। ਅਤੇ ਉਸ ਦੇ ਵਿੱਚ ਜਦੋਂ ਇੱਕਦਮ ਕਨੈਕਸ਼ਨ ਕੱਢ ਦਿੱਤਾ, ਅਤੇ ਫਿਰ ਇਸ ਦੇ ਵਿੱਚ ਕਿੰਨੇ ਨਾਗਰਿਕ, ਇੱਕ ਤਾਂ ਨਾਗਰਿਕ 450, ਉਹਦੇ ਵਿੱਚ ਕਿੰਨੇ ਬਜ਼ੁਰਗ ਹੈ ਜਿਹੜੇ ਕਿ ਬੈੱਡ ਰਿਡਨ ਹੈਗੇ ਹੈ, ਕਿੰਨੇ ਬੱਚੇ ਜਿਹੜੇ ਕਿ ਅਲੱਗ ਅਲੱਗ ਲੋੜਾਂ ਵਾਲੇ, ਜਿਹਨੂੰ ਅਸੀਂ ਕਹੀਏ ਮਲਟੀਪਲ ਪ੍ਰੋਬਲਮਸ, ਮਲਟੀਪਲ ਡਿਸਬਿਲਟੀਜ਼, ਉਹਦੇ ਵਿੱਚ ਭਾਵੇਂ ਆਟੋਸਟਿਕ ਵੀ ਹੈਗੇ ਹੈ, ਅਤੇ ਬੱਚੇ ਸਕੂਲ ਜਾਣ ਵਾਲੇ ਵੀ, ਕੋਈ +2 ਮੈਡੀਕਲ ਕਰਦਾ, ਕੋਈ ਨੋਨ ਮੈਡੀਕਲ 'ਚ, ਕੋਈ ਮੈਟ੍ਰਿਕ ਵਾਲਾ, ਛੋਟੇ ਛੋਟੇ ਬੱਚੇ ਵੀ, ਉਹਨਾਂ ਦੀ ਪੜ੍ਹਾਈ ਬੜੀ ਇੱਕਦਮ ਜਦੋਂ ਇਫੈਕਟ ਹੋਈ। ਪਹਿਲੀ ਗੱਲ ਤਾਂ ਇਹ ਸੀ ਵੀ ਉਹਨਾਂ ਨੂੰ ਇੱਕਦਮ ਪਾਣੀ ਸਵੇਰੇ, ਮਤਲਬ ਇੰਨਾ ਟੋਇਲਟਸ ਦੇ ਵਿੱਚ ਜਦੋਂ ਆਪਾਂ ਨਹਾਉਣਾ, ਅਤੇ ਉੱਦਾਂ ਟੋਇਲਟਸ ਦੇ ਵਿੱਚ ਪਾਣੀ, ਨਹਾਉਣ ਵਾਸਤੇ ਪਾਣੀ, ਫਿਰ ਉਹਦੇ 'ਚ ਪਾਣੀ ਅਲੱਗ ਅਲੱਗ, ਗਰਮ ਨੋਰਮਲ ਪਾਣੀ ਵੀ, ਉਹਦੀਆਂ ਫਿਰ ਮਸ਼ੀਨਾਂ ਕੱਪੜੇ ਧੋਣ ਵਾਲੀਆਂ, ਸਾਰੇ ਵਾੜਾਂ। ਅੱਜ ਸਾਹਮਣੇ ਆਪਾਂ ਦੇਖਦੇ ਹਾਂ ਜੇਕਰ ਵਿੰਗ, ਲੇਡੀਜ਼ ਵਿੰਗ ਦੇ ਵਿੱਚ 200 ਲੇਡੀਜ਼ ਅਲੱਗ ਅਲੱਗ ਨੀਡਸ ਵਾਲੀ, ਕਿੰਨੇ ਉਹਦੇ 'ਚ ਬੈੱਡ ਰਿਡਨ ਹੈਗੇ ਹੈ, ਅਤੇ ਇਹਨਾਂ ਦੇ ਲਈ ਸਾਨੂੰ ਫਿਰ ਬਲੋਰ ਲਾ ਲਾ ਕੇ ਉਹ ਵਾਤਾਵਰਨ ਵੀ ਦੇਣਾ ਪੈਂਦਾ ਸੀ, ਸਰਦੀ ਸੀ, ਬੱਚੇ ਵੀ ਜਿਹੜੇ ਬਹੁਤ ਜ਼ਿਆਦਾ ਕਮਜ਼ੋਰ ਸੀ ਉਹਨਾਂ ਲਈ ਵੀ, ਅਤੇ ਫਿਰ ਇਹਨਾਂ ਦੀਆਂ ਜਿਹੜੀਆਂ ਮੈਡੀਕਲ ਦੀਆਂ ਇਕਿਊਪਮੈਂਟਸ ਹੈਗੇ ਸਾਰੇ, ਉਹ ਵੀ ਏਸੀ ਚੱਲਦੇ ਸੀ, ਸਾਰੇ ਬਿਜਲੀ 'ਤੇ ਚੱਲਦੇ ਸੀ। ਅਸੀਂ ਪਾਣੀ ਦਾ ਵੀ ਪ੍ਰਬੰਧ ਇੱਥੇ ਲਾਈਕ ਬੋਰ ਲਗਾਇਆ ਹੋਇਆ, ਉਹ 'ਚ 25 ਹਾਊਸ ਪਾਵਰ ਦੀ ਮੋਟਰ ਪਾਈ ਹੈ, ਉਹ ਵੀ ਬਿਜਲੀ ਨਾਲ ਸੰਬੰਧਿਤ। ਇਹਨਾਂ ਦੀ ਐਜੂਕੇਸ਼ਨ, ਇਹਨਾਂ ਦੀ ਹੈਲਥ, ਅਤੇ ਫਿਜ਼ੀਓਥੈਰੇਪੀ ਜਿਹੜੀ ਹੈ, 3 ਫਿਜ਼ੀਓਥੈਰੇਪਿਸਟ ਜਿਹੜੇ ਹੈਗੇ ਇੱਥੇ, ਅਤੇ ਉਹ ਸਾਰੇ ਹੀ ਮਤਲਬ ਜਿਹੜਾ ਸੀ ਬਿਜਲੀ 'ਤੇ ਨਿਰਭਰ ਕਰਦੇ ਸੀ, ਇੱਕਦਮ ਇਹਨਾਂ ਦੀ ਲਾਈਫ ਇੰਨੀ ਪ੍ਰਭਾਵਿਤ ਹੋਈ, ਅਤੇ ਉਹਨਾਂ ਦੇ ਵਿੱਚ ਇਹਨਾਂ ਤਕਲੀਫਾਂ ਇੰਨੀਆਂ ਵਧੀਆਂ, ਸੀਰੀਅਸ ਵੀ ਹੋਏ ਹੈ, ਨੁਕਸਾਨ ਵੀ ਹੋਇਆ, ਅਤੇ ਹੁਣ ਤੱਕ ਦੇਖੋ 10 ਜਨਵਰੀ ਤੋਂ ਲੈ ਕੇ ਅੱਜ ਮਾਰਚ ਦਾ ਵੀ ਤਕਰੀਬਨ ਹੁਣ ਐਂਡ ਹੋਣ ਵਾਲਾ ਹੈ, ਅਤੇ ਅੱਜ ਤੱਕ ਅਸੀਂ ਜਿਹੜੇ ਬੇਨਤੀਆਂ ਕਰਦੇ ਆ ਰਹੇ ਹਾਂ ਵੀ ਇਹ ਨਾਗਰਿਕ
ਜਿਹੜੇ ਨਾਗਰਿਕ ਮਤਲਬ ਸਰਕਾਰ ਕਹਿੰਦੀ ਹੈ, ਹੁਣ ਜੇ ਤੁਸੀਂ ਦੇਖੋਗੇ ਪਰਸੋਂ ਦੀਆਂ ਰਿਪੋਰਟਾਂ ਦੇਖੋਗੇ ਫਾਈਲਾਂ ਦੇ ਵਿੱਚ, ਪਰਸੋਂ ਵੀ ਸਾਡੇ ਕੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਦੋ ਦਾਖਲ ਹੋਏ, ਉੱਤੇ ਉਸ ਚੌਥੇ ਦੇਖੋਗੇ ਉਹਦੇ ਵਿੱਚ ਵੀ ਸਾਡੇ ਕੋਲ ਦਾਖਲ ਹੋਏ, ਖਾਤੇ ਦੀ ਰਿਪੋਰਟ ਦੇਖੋਗੇ ਤੁਸੀਂ ਕਿੰਨੇ ਦਾਖਲ ਹੋਏ। ਮੋਹਾਲੀ ਜ਼ਿਲ੍ਹੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਉਹਨਾਂ ਵੱਲੋਂ ਅਲੱਗ ਅਲੱਗ ਡਿਪਾਰਟਮੈਂਟਾਂ ਵੱਲੋਂ ਸਾਡੇ ਕੋਲ ਜਦੋਂ ਦਾਖਲ ਹੁੰਦੇ ਹਾਂ ਤਾਂ ਅਸੀਂ ਕਹਿੰਦੇ ਅਸੀਂ ਵੈਲਕਮ, ਅਸੀਂ ਜੇਕਰ ਤੁਹਾਡੇ ਕੋਲ ਅਰੇਂਜਮੈਂਟ ਨਹੀਂ ਹੋਇਆ ਤਾਂ ਅਸੀਂ ਪ੍ਰਭਾ ਸੰਸਥਾ ਸੰਗਤ ਦੇ ਸਹਿਯੋਗ ਨਾਲ ਆਪਣੇ ਨਾਗਰਿਕ ਨੂੰ ਸੰਭਾਲਣ ਲਈ ਦਿਨ ਰਾਤੀ ਕੀਤਾ ਹੋਇਆ ਸੀ। ਮਤਲਬ ਜੇ ਬਿਜਲੀ ਕੱਟ ਦਿੱਤੀ ਗਈ, ਸਮੱਸਿਆਵਾਂ ਵੱਧ ਗਈਆਂ, ਪਰ ਵੈਸੇ ਸਾਨੂੰ ਬੜੀ ਆਸ ਸੀ ਵੀ ਸਾਡੇ ਬਿਜਲੀ ਮੰਤਰੀ ਜਿਹੜੇ ਸੀ ਉਹਨਾਂ ਨੇ ਬੜਾ ਸਪੈਸ਼ਲੀ ਕਿਹਾ ਵੀ ਸਾਡੀ ਜਿਹੜੀ ਸਿਹਤ ਹੈ ਅਤੇ ਸਿੱਖਿਆ ਹੈ ਮੁੱਖ ਏਜੰਡਾ ਹੈ, ਅਤੇ ਸਾਨੂੰ ਬੜੀ ਆਸ ਸੀ ਵੀ ਜਿਹੜੇ ਪਿਛਲੀ ਵਾਰ, ਮੈਂ ਤੁਹਾਨੂੰ ਇਹ ਵੀ ਕਲੀਅਰ ਕਰਾਂ, ਸਵਾਲ ਮਤਲਬ ਆਉਂਦਾ ਕਿ ਕੱਟਿਆ ਕਿਉਂ, ਹੈ ਨਾ, 2020 ਦੇ ਵਿੱਚ ਸਾਡੇ ਕੋਲ ਜਿਹੜੇ ਬਿੱਲ ਆਉਂਦੇ ਸੀ, ਮੈਂ ਇਹਨਾਂ ਨੂੰ ਸ਼ਬਦ ਯੂਜ਼ ਕਰ ਰਿਹਾ ਨਜ਼ਾਇਜ਼ ਬਿੱਲ, ਨਜ਼ਾਇਜ਼ ਇਸ ਕਰਕੇ ਕਹਿ ਰਹੇ ਜਿਹੜਾ ਬਿੱਲ ਭਰਾਇਆ ਹੁੰਦਾ ਸੀ ਅਸੀਂ ਉਹਦੇ ਉੱਤੇ ਦੁਬਾਰਾ ਫਿਰ ਬਿੱਲ ਜਦੋਂ ਆਉਂਦਾ ਸੀ ਨਾ ਉਹਦੇ ਪਰ ਸਰਚਾਰਜ ਲਾ ਕੇ ਆਉਂਦਾ ਸੀ, ਉਹਦੇ ਉੱਤੇ ਮਤਲਬ ਫਾਈਨ ਲਾ ਕੇ ਆਇਆ ਸੀ, ਦੁਬਾਰਾ ਉਹਨੂੰ ਦਿਖਾਉਣਾ ਵੀ ਆ ਰਸੀਦ ਹੈ ਜੀ ਅਸੀਂ ਬਿੱਲ ਭਰਾਇਆ ਹੋਇਆ, ਅਤੇ ਉਹ ਬਿੱਲ ਦੀ ਅਮਾਊਂਟ ਲੈਸ ਕਰ ਦੇਣੀ, ਪਰ ਜਿਹੜਾ ਉਹਦੇ ਪਰ ਫਾਈਨ ਹੈ ਫਿਰ ਐਡ ਕਰ ਦੇਣਾ। ਇਹ ਸਿਲਸਿਲਾ ਬਹੁਤ ਵਾਰ ਰਿਪੀਟ ਹੋਇਆ ਇਹਨਾਂ ਨੇ ਜਦੋਂ ਕੋਵਿਡ ਦੇ ਦਿਨ ਚੱਲਦੇ ਸੀ, ਅਤੇ ਉਹਦੇ ਵਿੱਚ ਹੋਸਪਿਟਲਾਂ ਦੇ ਵਿੱਚ OPD ਅਤੇ ਉਹਨਾਂ ਦੀਆਂ OTs ਬੰਦ ਹੋ ਗਈਆਂ, ਨਵੇਂ ਨਾਗਰਿਕ ਜਿਹੜੇ ਸੀ ਡਿਪਰੈਸ਼ਨ ਵਾਲੇ ਕੀ ਜਾਂ ਜਿਹਨਾਂ ਦਾ ਕੋਈ ਨਹੀਂ ਹੈਗਾ ਜਾਂ ਬਜ਼ੁਰਗ ਇਕੱਲੇ ਸੀ, ਅਲੱਗ ਅਲੱਗ ਜਾਂ ਖਰੜ ਦੇ, ਜ਼ਿਲ੍ਹਾ ਮੋਹਾਲੀ ਦੇ ਬਹੁਤ ਸਾਰੇ ਕੇਸ ਇੱਦਾਂ ਦੇ ਜਦੋਂ ਆ ਰਹੇ ਸੀ, ਉਹਨਾਂ ਦੇ ਲਈ ਫਿਰ ਸਾਨੂੰ ਹੋਸਪਿਟਲ ਖੜ੍ਹਾ ਕਰਨਾ ਪੈ ਗਿਆ, ਆਲੇ ਦੁਆਲਿਓਂ ਪੈਸੇ ਫੜ ਕੇ, ਫਿਰ ਡਾਕਟਰ ਕਹਿੰਦੇ ਜੀ ਸਾਨੂੰ ਪਹਿਲਾਂ ਇੱਥੇ ਐਕਸਰੇ ਮਸ਼ੀਨ ਲਾ ਕੇ ਦਿਉ, ਐਕਸਰੇ ਦਾ ਯੂਨਿਟ ਲਾਇਆ, ਫਿਰ ਅਲਟਰਾਸਾਊਂਡ ਦਾ ਨਾਲ ਦੀ ਨਾਲ ਲਾਇਆ, ਫਿਰ ਲੈਬ ਉੱਦਾਂ ਦੀ ਉਸ ਲੈਵਲ ਦੀ ਲੈਬ ਕ੍ਰੀਏਟ ਕਰਕੇ ਫਟਾਫਟ ਨਾਗਰਿਕਾਂ ਨੂੰ ਸੰਭਾਲਣਾ ਵੀ ਤਾਂ ਹੈਗਾ ਸੀ, ਕਿਉਂਕਿ ਸੋਸ਼ਲ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਇਕੱਲੀ ਮਤਲਬ ਆਹ ਤਾਂ ਨਹੀਂ ਤੁਸੀਂ ਰੱਖ ਲਿਆ ਰੋਟੀ ਪਾਣੀ ਦੇ ਦਿੱਤਾ, ਉਹਦਾ ਪ੍ਰੋਪਰ ਇਲਾਜ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ। ਅਤੇ ਫਿਰ ਉਸ ਵੇਲੇ ਸਾਡਾ ਧਿਆਨ ਜਦੋਂ 20 ਲੱਖ ਦਾ ਬਿੱਲ ਇਕੱਠਾ ਹੋਇਆ, ਜਿਵੇਂ ਪਹਿਲਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਕਿੱਦਾਂ ਸਰਚਾਰਜ ਪੈ ਕੇ ਹੋਇਆ, ਅਤੇ ਅਸੀਂ ਰਿਕੁਐਸਟ ਕੀਤੀ ਹੈ ਅਤੇ ਉਹ ਸਾਰਾ ਕੁਛ, ਉਸ ਵੇਲੇ ਗੌਰਮੈਂਟ ਜਿਹੜੀ ਸੀ ਕਾਂਗਰਸ ਦੀ ਚੰਨੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਸਾਡੇ CM ਸਾਹਿਬ ਨੂੰ ਉਸ ਵੇਲੇ, ਅਤੇ ਉਹ ਵੀ ਫਾਈਲਾਂ 'ਚ ਰਹਿ ਗਿਆ। ਉਸ ਤੋਂ ਬਾਅਦ ਜਦੋਂ ਗੱਲ 31 ਤੱਕ ਦੇ ਸਾਰੇ ਬਿੱਲ ਜਿਹੜੇ ਸੀ ਜਦੋਂ ਸਰਕਾਰ ਨੇ ਕਿਹਾ, ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ 2022 ਦੇ ਵਿੱਚ, ਇਹਨਾਂ ਨੇ ਕਿਹਾ ਵੀ 31 ਦਸੰਬਰ 2021 ਤੱਕ ਦੇ ਜਿੰਨੇ ਵੀ ਬਿੱਲ ਪੈਂਡਿੰਗ ਸੀ ਜਾਂ ਕੋਈ ਵੀ ਕਿਸੇ ਨੂੰ ਕੋਈ ਮਤਲਬ ਹੈਗਾ ਸੀ ਪ੍ਰੋਬਲਮ, ਉਹ ਸਾਰੇ ਮਾਫ਼ ਕਰੇ ਜਾਣਗੇ, ਕਿਉਂਕਿ ਬਿਜਲੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਸਾਡਾ ਇਹ ਸਿਹਤ ਅਤੇ ਸਿੱਖਿਆ ਸਾਡਾ ਮੁੱਖ ਏਜੰਡਾ ਹੈ। ਅਤੇ ਅਸੀਂ ਕਿਹਾ ਵੀ ਠੀਕ ਹੈ, ਤਾਂ ਨਾਗਰਿਕ ਹੈ ਹੀ ਟੋਟਲੀ, ਜਿਹਨਾਂ ਦੇ ਕੋਲ ਆਪਣੀ ਏਬਲ ਬੋਡੀ ਵੀ ਨਹੀਂ ਅਤੇ ਕੋਈ ਪਰਿਵਾਰ ਦਾ ਸਹਾਰਾ ਨਹੀਂ, ਸਰਕਾਰ ਸਿਰਫ ਸਰਕਾਰ ਦਾ ਹੀ ਸਹਾਰਾ ਹੈ, ਵੀ ਇਹਨਾਂ ਦਾ ਜਿਹੜਾ ਹੈਗਾ ਇਹ ਬਿੱਲ ਮਾਫ਼ ਹੋਏਗਾ, ਕਿਉਂਕਿ ਐਕਟ ਜੇਕਰ ਅਸੀਂ ਦੇਖੀਏ ਮੈਂਟਲ ਹੈਲਥ ਕੇਅਰ ਐਕਟ 2017, ਉਹਦੇ ਵੀ ਜੇ ਆਪਾਂ ਸੈਕਸ਼ਨ ਪੜ੍ਹੂਗੇ, ਸੈਕਸ਼ਨ 18 ਨੂੰ ਪੜ੍ਹ ਲਓ, ਸੈਕਸ਼ਨ 20 ਨੂੰ ਪੜ੍ਹ ਲਓ, ਉਹਦੇ ਸਭ ਸੈਕਸ਼ਨ 1, 2, 3 ਪੜ੍ਹ ਲਓ, ਬੜਾ ਕਲੀਅਰਲੀ ਕਿਹਾ ਇਹਨਾਂ ਦੇ ਆਪਣੇ ਨਾਗਰਿਕ ਦੀ ਲਾਈਫ ਦੀ ਜਿਹੜੀ ਸਿਕਿਉਰਿਟੀ ਹੈ ਉਹਨੂੰ ਟ੍ਰੀਟਮੈਂਟ ਵੀ ਮਿਲੇਗਾ, ਅਤੇ ਉਸ ਦੇ ਲਈ ਸਾਰੇ ਜਿਹੜੇ ਅਰੇਂਜਮੈਂਟ ਜਿਹੜੇ ਹੈਗੇ ਉਹਦੇ 'ਚ ਖਾਣਾ ਪੀਣਾ ਸਾਰਾ ਕੁਝ ਲਿਖਿਆ ਹੋਇਆ ਬੜਾ ਕਲੀਅਰਲੀ। ਉਹਦੇ ਵਿੱਚ ਜੇ ਸੈਕਸ਼ਨ ਅਸੀਂ 61 ਅਤੇ 62 61 62 ਪੜ੍ਹਦੇ ਹਾਂ, ਉਹਦੇ ਲਈ ਇਹਨਾਂ ਨੇ ਅਰੇਂਜਮੈਂਟ ਮਤਲਬ ਉਹਦੇ ਲਈ ਕਿੱਦਾਂ ਰਹਿਣਾ ਅਤੇ ਕਿਸ ਤਰੀਕੇ ਨਾਲ ਬਜਟ ਦਾ ਕਰਨਾ, ਉਹਦੇ ਅਗਲਾ ਸੈਕਸ਼ਨ 100 ਮੈਂਟਲ ਹੈਲਥ ਕੇਅਰ ਐਕਟ ਦਾ, ਸੈਕਸ਼ਨ 100 101 102, ਇਹ ਸਾਰੇ ਸੈਕਸ਼ਨ ਪੜ੍ਹਦੇ ਹਾਂ, ਬੜੀ ਕਲੀਅਰਲੀ ਰਿਸਪੋਂਸੀਬਿਲਟੀ ਕਿ ਪੁਲਿਸ ਦੀ ਇਹਦੇ 4 ਰਿਸਪੋਂਸੀਬਿਲਟੀ ਨੇ, ਹੋਸਪਿਟਲ ਲੈ ਕੇ ਜਾਣਾ, ਹੋਸਪਿਟਲ ਨੇ ਰਿਸੀਵ ਕਰਨਾ, ਮੈਂਟਲ ਅਤੇ ਫਿਜ਼ੀਕਲ ਅਸੈਸਮੈਂਟ ਕਰਕੇ ਟ੍ਰੀਟਮੈਂਟ 'ਤੇ ਪਾਉਣਾ, ਮੈਜਿਸਟਰੀ ਦੀ ਡਿਊਟੀ, ਮਤਲਬ ਨਾਗਰਿਕ ਹੈ ਵੀ ਉਹਦੀ ਜਿਹੜੀ ਪ੍ਰੋਟੈਕਸ਼ਨ ਆਫ ਲਾਈਫ ਹੈ ਉਹ ਮਤਲਬ ਇੱਕ ਜਿਹੜਾ ਕਾਨੂੰਨ ਹੈ ਬੜਾ ਵਧੀਆ ਬੜਾ ਕਲੀਅਰ ਹੈ ਇਹਦੇ ਵਿੱਚ, ਉਹ ਕਹਿੰਦਾ ਕਿ ਉਹ ਸਰਕਾਰ ਨੇ ਕਰਨੀ ਹੈ। ਅਤੇ ਜੇ ਆਪਾਂ ਪਰਸਨ ਵਿਦ ਡਿਸੇਬਿਲਟੀ ਰਾਈਟਸ ਆਫ ਦੀ ਪਰਸਨ ਵਿਦ ਡਿਸੇਬਿਲਟੀ ਐਕਟ ਪੜ੍ਹਦੇ ਹਾਂ, ਉਹਦਾ ਤੁਸੀਂ ਸੈਕਸ਼ਨ 3 ਪੜ੍ਹ ਲਓ, ਸੈਕਸ਼ਨ 4 ਪੜ੍ਹ ਲਓ, ਉਹਦੇ ਸਬ ਸੈਕਸ਼ਨ ਪੜ੍ਹ ਲਓ, ਬੜਾ ਕਲੀਅਰਲੀ ਕਿ ਲੋੜੀਂਦਾ ਅਕੋਮੋਡੇਸ਼ਨ ਬਣਾਉਣਾ, ਇਹਨਾਂ ਡਿਸਕ੍ਰੀਮੀਨੇਸ਼ਨ ਨਹੀਂ ਹੋ ਸਕਦੀ ਇਕੁਐਲਿਟੀ ਦੇ ਆਧਾਰ 'ਤੇ। ਅਤੇ ਮੈਂ ਇਹ ਜਾਣਨਾ ਚਾਹੁੰਦਾ, ਉਸ ਤੋਂ ਬਾਅਦ ਜੇ ਆਪਾਂ ਸੀਨੀਅਰ ਸਿਟੀਜ਼ਨ ਐਕਟ ਦੀ ਗੱਲ ਕਰੀਏ, ਉਹਦਾ ਸੈਕਸ਼ਨ 19 ਪੜ੍ਹ ਲਓ, 20 ਪੜ੍ਹ ਲਓ, ਇਹ ਸਾਰੇ ਉਹਦੇ ਸਬ ਸੈਕਸ਼ਨ ਪੜ੍ਹ ਲਓ, ਉਹਦੇ 'ਚ ਬੜਾ ਕਲੀਅਰ ਹੈ ਕਿ ਬਜ਼ੁਰਗਾਂ ਦੇ ਲਈ, ਰਹਿਣ ਦੇ ਲਈ ਵੀ,
ਅਤੇ ਬਜ਼ੁਰਗਾਂ ਦੀ ਲਾਈਫ ਜਿਹੜੀ ਹੈਗੀ ਹੈ ਉਹਦੀ ਪ੍ਰੋਟੈਕਸ਼ਨ ਸਿਕਿਉਰਿਟੀ ਜਿਹੜੀ ਹੈ ਪ੍ਰੋਟੈਕਸ਼ਨ ਆਫ ਲਾਈਫ ਇਹ ਰਿਸਪੋਂਸੀਬਿਲਿਟੀ ਗੌਰਮੈਂਟ ਜਿਹੜੀ ਹੈ ਕਰੇਗੀ। ਠੀਕ ਹੈ, ਜੁਵੀਨਲ ਜਸਟਿਸ ਐਕਟ 'ਚ ਵੀ ਇੱਦਾਂ ਹੀ ਹੈ। ਅਤੇ ਇਹ ਨਾਗਰਿਕ ਜਿਹਨਾਂ ਨੂੰ ਸਹਾਰਾ ਹੀ ਗੌਰਮੈਂਟ ਦਾ, ਇਹਨਾਂ ਨੂੰ ਜਦੋਂ ਹੋਰ ਦੇ ਮਾਫ਼ ਹੋਏ ਇਹਨਾਂ ਦਾ ਕਿਉਂ ਨਹੀਂ ਮਾਫ਼ ਹੋਇਆ? ਜੇ ਗੌਰਮੈਂਟ ਜਿਹੜੇ ਰੈਫਰ ਕਰ ਰਹੇ ਇੰਨੇ ਕੇਸ ਰੈਫਰ ਹੋਏ ਸਟੇਟ ਦੇ, ਅਤੇ ਜੇਕਰ ਉਹ ਗੌਰਮੈਂਟ ਕੋਲ ਹੋਣਗੇ ਗੌਰਮੈਂਟ ਉਹਨਾਂ ਨੂੰ ਤਾਂ ਟ੍ਰੀਟਮੈਂਟ ਵੀ ਦੇਵੇਗਾ, ਉਹਦੇ ਲਈ ਡਾਕਟਰ ਵੀ ਲਾਏਗਾ, ਉਹਦੇ ਲਈ ਨਰਸ ਵੀ ਲਾਏਗਾ, ਉਹਨਾਂ ਲਈ ਮੈਡੀਸਨ ਵੀ ਲਾਏਗਾ ਕਰੇਗਾ। ਅਤੇ ਜਿੰਨੇ ਇੱਥੇ ਕਿੰਨੇ ਸਵੇਰੇ ਦਿਨ ਰਾਤ ਸੇਵਾਦਾਰ ਲੱਗੇ ਆ, ਲਗਭਗ 45 ਲੱਖ ਦੇ ਕਰੀਬ ਸੈਲਰੀ ਹੋਣੀ ਹੈ ਨਾ ਹਰ ਮਹੀਨੇ ਦੀ, ਸਾਲ ਦੀ ਨਹੀਂ, ਅਤੇ ਲੱਖਾਂ ਦਾ ਖਰਚਾ ਡੇਲੀ ਦਾ। ਅਤੇ ਇਹ ਸਾਰਾ ਖਰਚਾ ਗੌਰਮੈਂਟ ਦੇ ਅਸੀਂ ਬਿਨਾਂ ਸਪੋਰਟ ਤੋਂ ਆਪਣੇ ਨਾਗਰਿਕ ਨੂੰ ਬਚਾਉਣ ਦੇ ਲਈ ਅਤੇ ਸੰਗਤ ਦੇ ਸਹਿਯੋਗ ਨਾਲ ਕੋਸ਼ਿਸ਼ ਕਰਦੇ ਹਾਂ ਹੋਰ ਲੋੜਾਂ ਰੋਕ ਕੇ, ਕਿਉਂਕਿ ਬੀਬੀਆਂ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਬੀਬੀਆਂ, ਕਈ ਤਾਂ ਵਿਚਾਰੀਆਂ ਡਿਪਰੈਸ਼ਨ ਤੋਂ ਪੀੜਤ, ਉਹਨਾਂ ਦੀਆਂ ਅਲੱਗ ਨੀਡਸ ਹੈਗੀਆਂ, ਕਈਆਂ ਦੀ ਮਾਨਸਿਕ ਹਾਲਤ ਇੱਦਾਂ ਦੀ ਹੈਗੀ ਹੈ, ਕਈਆਂ ਨੂੰ ਵਿਦ ਕੰਟੇਜੀਅਸ ਡਿਜ਼ੀਜ਼ ਹੁੰਦੇ। ਹੁਣ ਵੀ ਜਿਹੜੇ ਕੇਸ ਆਏ ਕੱਲ੍ਹ ਪਰਸੋਂ ਦੀ ਵੀ ਗੱਲ ਸੀ, ਅਤੇ ਉਹਦੇ ਵਿੱਚ ਬੜਾ ਇਹੀ ਸਵਾਲ ਕਿ ਜੇਕਰ ਡਿਪਰੈਸ਼ਨ 'ਚ ਵੀ ਹੈ ਅਤੇ ਨਾਲ ਉਹਨੂੰ ਪ੍ਰੋਬਲਮ ਵੀ ਹੈਗੀ ਹੈ ਡਿਜ਼ੀਜ਼ ਦੀ, ਅਤੇ ਉਹ ਸਾਡੇ ਕੋਲ ਅਰੇਂਜਮੈਂਟ ਨਹੀਂ ਹੈ, ਅਤੇ ਇੱਥੇ ਅਸੀਂ ਅਲੱਗ ਅਲੱਗ ਜਗ੍ਹਾ 'ਤੇ ਉਹਨਾਂ ਦੇ ਵਿੰਗ ਬਣਾਉਂਦੇ, ਬਜ਼ੁਰਗਾਂ ਦੀਆਂ ਕਿੰਨੇ ਤਰ੍ਹਾਂ ਦੀਆਂ ਲੋੜਾਂ ਹੈਗੀਆਂ ਉਹਨਾਂ ਦੇ ਅਲੱਗ ਅਲੱਗ ਵਿੰਗ, ਬੱਚੇ ਜਿਹੜੇ ਹੈਗੇ ਜਿਹੜੇ 6 ਸਾਲ ਦਾ ਬੱਚਾ ਉਹਨਾਂ ਦਾ ਅਲੱਗ ਵਿੰਗ, ਜਿਹੜਾ ਇਨਫੈਂਟਸ ਹੈ ਉਹਨਾਂ ਦੇ ਅਲੱਗ, ਜਿਹੜੀਆਂ ਲੜਕੀਆਂ ਉਹਨਾਂ ਦੇ ਬਿਲਕੁਲ ਅਲੱਗ, ਜਿਹੜੇ ਪਰਸਨ ਬਿਲਕੁਲ ਜ਼ਿਆਦਾ ਮਲਟੀਪਲ ਪ੍ਰੋਬਲਮ ਦੇ ਉਹਨਾਂ ਦੇ ਅਲੱਗ, ਹਾਈਪਰ ਦੇ ਅਲੱਗ, ਨੋਰਮਲ ਬੱਚਿਆਂ ਦੇ ਅਲੱਗ, ਮੇਲ 'ਚ ਵੀ ਫੀਮੇਲ 'ਚ ਵੀ, ਉਹ ਕੰਮ ਸਾਰੇ ਰੋਕ ਕੇ ਅਤੇ ਮਤਲਬ ਅਸੀਂ ਜਿਹੜਾ ਸੀ ਬੜੀ ਜਲਦੀ ਹੋਸਪਿਟਲ ਖੜ੍ਹਾ ਕੀਤਾ, ਅਤੇ ਉਹ ਸਾਰਾ ਮਤਲਬ ਬਿੱਲ 20 ਲੱਖ ਦਾ ਬਿੱਲ ਸੀ। ਇੰਨੀ ਵੱਡੀ ਜ਼ਿੰਮੇਵਾਰੀ ਗੌਰਮੈਂਟ ਦੇ ਕੋਲ, ਜੇ ਗੌਰਮੈਂਟ ਕੋਲ ਹੋਣਗੇ ਸਾਰੇ ਖਰਚੇ ਗੌਰਮੈਂਟ ਕਰੇਗੀ। ਹੁਣ ਕਿੰਨਾ ਬਣ ਗਿਆ? ਹੁਣ ਤਾਂ ਸਰਚਾਰਜ ਲਾ ਕੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਲਗਭਗ 93 ਲੱਖ ਰੁਪਏ ਬਣਾਇਆ ਹੋਇਆ ਉਹਦੇ ਉੱਤੇ। ਅਤੇ ਉਹ ਜਿਹੜੀ ਜਿਸ ਵੇਲੇ ਸਾਢੇ ਆਪਾਂ ਕਹਿ ਲਈਏ ਵੀ 300 ਯੂਨਿਟ ਹਰ ਘਰ ਦੇ ਵਿੱਚ ਫਰੀ, ਮਤਲਬ ਡੋਮੈਸਟਿਕ ਯੂਜਰ ਜਿੰਨੇ ਵੀ ਹੈਗੇ ਸੀ, ਅਤੇ ਸਾਨੂੰ ਬੜੀ ਖੁਸ਼ੀ ਹੋਈ ਵੀ ਨਾਗਰਿਕ ਨੂੰ ਸਹੂਲਤ ਮਿਲੀ ਹੈ। ਅਤੇ ਇਹ ਨਾਗਰਿਕ ਦਾ ਬਹੁਤ ਹੀ ਨੀਡੀ ਹੈ, ਲੋੜਵੰਦ ਹੈਗੇ ਹੈ, ਵੀ ਇਹਨਾਂ ਨੂੰ ਤਾਂ ਨੈਚੁਰਲੀ ਹੋਏਗੀ ਹੋਏਗੀ, ਇਹਨਾਂ ਨਾਲ ਡਿਸਕ੍ਰੀਮੀਨੇਸ਼ਨ ਤਾਂ ਹੋ ਨਹੀਂ ਸਕਦੀ। ਉਹ ਵੀ ਅਸੀਂ ਕਿਹਾ ਵੀ ਇੱਕ ਪਰਿਵਾਰ ਨੂੰ 1 ਮਹੀਨੇ ਦੀ 300 ਯੂਨਿਟ ਫਰੀ ਹੈ। ਅਤੇ ਇਹ ਸਾਡੇ ਨਾਗਰਿਕ, ਇਹ ਘਰ ਜਿਹਦਾ ਹੋਮ ਫਾਰ ਜਿਹੜਾ ਹੈਲਪਲੈਸ, ਜਿਹਦੇ ਵਿੱਚ ਲਗਾਤਾਰ ਹੀ ਨਾਗਰਿਕ ਦਾਖਲ ਹੋ ਰਹੇ ਹੈ, ਅਤੇ ਇਸ ਦੇ ਵਿੱਚ ਵੀ 50 ਯੂਨਿਟਾਂ ਵੀ ਜੇ ਤੁਸੀਂ ਦੇ ਦਿਉ ਤਾਂ ਵੀ ਸਾਨੂੰ ਬਿਜਲੀ ਦੀ ਪ੍ਰੋਬਲਮ ਨਹੀਂ ਆਉਣੀ। ਔਰ ਅਸੀਂ ਸੋਲਰ ਪੈਨਲ ਵੀ ਕਿੰਨੇ ਲਾਏ ਹੋਏ ਹਾਂ। ਸੰਗਤ ਜਿਹੜੀ ਹੈਗੀ ਹੈ, ਪਬਲਿਕ ਜਿਹੜੀ ਹੈਗੀ, ਉਹ ਕਹਿੰਦੀ ਅਸੀਂ ਆਪਣੇ ਖੂਨ ਪਸੀਨੇ ਦੀ ਕਮਾਈ 'ਚੋਂ ਪਹਿਲਾਂ ਤਾਂ ਗੌਰਮੈਂਟ ਨੂੰ ਟੈਕਸ ਦਿੰਦੇ ਹਾਂ, ਠੀਕ ਹੈ, ਫਿਰ ਅਸੀਂ ਇੱਥੇ ਜੇਕਰ ਯੋਗਦਾਨ ਜਿਹੜਾ ਪਾਉਂਦੇ ਹਾਂ ਵੀ ਉਹ ਯੋਗਦਾਨ ਇਹਨਾਂ ਨੂੰ ਬਚਾਉਣ ਲਈ ਹੈ, ਇਹਨਾਂ ਦੀ ਸੰਭਾਲ ਲਈ ਹੈ, ਇਲਾਜ ਲਈ ਹੈ, ਨਾ ਕਿ ਇਹ ਅਸੀਂ ਗੌਰਮੈਂਟ ਦਾ। ਤੁਹਾਡੇ ਕੋਲ ਮਰੀਜ਼ ਤਾਂ ਸਰਕਾਰ ਦੇ ਨੁਮਾਇੰਦੇ ਹੀ ਭੇਜ ਰਹੇ ਨੇ ਜਾਂ ਸਰਕਾਰ ਦੇ ਹਿੱਸਾ ਨੇ ਵਿੱਚ ਜੋ ਪ੍ਰਸ਼ਾਸਨਿਕ ਅਧਿਕਾਰੀ, ਪਰ ਤੁਸੀਂ ਅਧਿਕਾਰੀਆਂ ਕੋਲ ਜਾਂ ਸਰਕਾਰ ਦਾ ਹਿੱਸਾ ਜਿਹੜੇ ਸਿਆਸਤਦਾਨ ਨੇ ਜਾਂ ਜਿਹੜੇ ਤੁਹਾਡੇ ਇਲਾਕੇ ਦੇ ਨੁਮਾਇੰਦੇ ਨੇ ਜਿਹੜੇ ਚੁਣੇ ਹੋਏ ਲੋਕਾਂ ਦੇ ਨੁਮਾਇੰਦੇ ਨੇ, ਉਹਨਾਂ ਦੇ ਕੋਲ ਪਹੁੰਚ ਕੀਤੀ ਹੈ ਜੀ ਇਸ ਮਸਲੇ ਨੂੰ ਲੈ ਕੇ? ਬਿਲਕੁਲ ਜੀ, ਬਹੁਤ ਵਾਰ ਕੀਤੀ ਹੈਗੀ ਹੈ। ਅਤੇ ਬਾਕੀ 10 ਜਨਵਰੀ ਨੂੰ ਜਿਸ ਵੇਲੇ ਕਨੈਕਸ਼ਨ ਕੱਟਿਆ ਗਿਆ, 11 ਜਨਵਰੀ ਦੇ ਸਾਡੇ ਕੋਲ ਜਿਹੜੇ ਭੇਜੇ ਹੋਏ ਲੈਟਰ, ਅਤੇ ਉਸ ਤੋਂ ਬਾਅਦ 19 ਤਰੀਕ ਨੂੰ ਸਾਰੇ ਡਿਪਾਰਟਮੈਂਟ ਨੂੰ ਭੇਜਣ ਤੋਂ ਬਾਅਦ, ਅਤੇ 19 ਤਰੀਕ ਨੂੰ ਫਿਰ CM ਸਾਹਿਬ ਨੂੰ ਲੈਟਰ ਭੇਜਿਆ, ਉਹਨਾਂ ਦੀ ਈਮੇਲ ਆਈ ਕਿ ਅਸੀਂ ਰੈਫਰ ਕਰ ਦਿੱਤਾ ਆਪਣੇ ਡਿਪਾਰਟਮੈਂਟ ਕੰਸਰਨ ਨੂੰ। ਅਤੇ ਉਹ ਬਾਰ ਬਾਰ ਰਿਮਾਈਂਡਰ, ਜੇ ਹੁਣ ਤੁਸੀਂ 4 ਦਿਨ ਪਹਿਲਾਂ ਦੇ ਵੀ ਰਿਮਾਈਂਡਰ ਦੇਖੋਗੇ, ਲਗਾਤਾਰ ਰਿਮਾਈਂਡਰ ਪਾ ਰਹੇ ਹਾਂ। ਬਸ ਇਹੀ ਕਹੀ ਜਾ ਰਹੇ ਕਿ ਅਸੀਂ ਕੋਸ਼ਿਸ਼ ਕਰਦੇ ਹਾਂ, ਅਸੀਂ ਕਰਦੇ ਹਾਂ। 10 ਜਨਵਰੀ ਦਾ ਕਨੈਕਸ਼ਨ ਕੱਟਿਆ ਹੋਵੇ, ਤੁਸੀਂ ਆਪ ਫੀਲ ਕਰਕੇ ਦੇਖੋ। ਹੁਣ ਜਿਹੜੇ ਵੀ ਸੁਣ ਰਹੇ ਸਾਡੇ ਸਤਿਕਾਰਯੋਗ ਸਿਟੀਜਨ, ਕਿਸੇ ਦੇ ਵੀ ਪਰਿਵਾਰ ਦੇ ਵਿੱਚ ਕਿਸੇ ਵੇਲੇ ਵੀ, ਇੱਥੇ ਡਾਕਟਰ ਵੀ, ਇੱਥੇ ਪ੍ਰੋਫੈਸਰ ਵੀ, ਇੱਥੇ ਲੈਕਚਰਾਰ ਵੀ, ਘਰ 'ਚ ਟ੍ਰੈਜਡੀ ਹੋ ਗਈ, ਬਾਅਦ 'ਚ ਪਤਾ ਲੱਗਾ ਕਿੰਨੇ ਲੋਕ ਵਿਚਾਰੇ ਪੀੜਤ ਆਉਂਦੇ ਆ, ਜ਼ੁਲਮਾਂ ਦਾ ਸ਼ਿਕਾਰ ਆਉਂਦੇ ਆ, ਜਿਹਦੇ ਵਿੱਚ ਸੈਕਰੇਟਰੀ ਲੈਵਲ ਦੇ ਸਾਡੇ ਮਤਲਬ ਇਹਨਾਂ 'ਚ ਕੱਟੇ, ਅਤੇ ਬਾਅਦ ਚਲੋ ਕੁਛ ਪਤਾ ਲੱਗਿਆ ਵਾਰਸਾਂ ਦਾ। ਮਤਲਬ ਕਿਸੇ ਵੀ ਨਾਗਰਿਕ ਨਾਲ ਕਿਸੇ ਵੇਲੇ ਵੀ ਇਹ ਘਟਨਾ ਹੋ ਜਾਂਦੀ ਹੈ, ਤਾਂ ਕਮ ਸੇ ਕਮ ਉਸ ਨੂੰ ਕੇਅਰ ਦਾ, ਟ੍ਰੀਟਮੈਂਟ ਦਾ, ਰੀਹੈਬਿਲੀਟੇਸ਼ਨ ਦਾ ਕੋਈ ਮੌਕਾ ਤਾਂ ਮਿਲਣਾ ਚਾਹੀਦਾ ਨਾ।
ਇਹ ਨਾਗਰਿਕ ਮਤਲਬ ਜਿਹੜੇ ਦਿਨ ਰਾਤ ਮਤਲਬ ਇਹੋ ਜਿਹੇ ਹਾਲਾਤਾਂ 'ਚ ਆਪਣੀ ਜ਼ਿੰਦਗੀ ਕੱਟ ਰਹੇ ਹੈਗੇ ਹੈ, ਇਹਨਾਂ ਦੇ ਲਈ ਸਰਕਾਰ ਵੱਲੋਂ ਜਿਹੜੀਆਂ ਹੋਰ ਆਮ ਨਾਗਰਿਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ, ਬਹੁਤ ਖੁਸ਼ੀ ਦੀ ਗੱਲ ਹੈ। ਪਰ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਸਿਰ 'ਤੇ ਕੋਈ ਮਾਂ ਬਾਪ ਨਹੀਂ, ਇਹਨਾਂ ਬਜ਼ੁਰਗਾਂ ਨੂੰ ਜਿਹਨਾਂ ਨੂੰ ਸੰਭਾਲਣ ਵਾਲੇ ਬੱਚੇ ਨਹੀਂ ਅਤੇ ਇਸ ਵੇਲੇ ਏਬਲ ਬੋਡੀ ਨਹੀਂ ਹੈ, ਇਸ ਤਰ੍ਹਾਂ ਹੀ ਡਿਪਰੈਸ਼ਨ ਤੋਂ ਪੀੜਤ ਅਨੇਕਾਂ ਨਾਗਰਿਕਾਂ ਨੂੰ, ਇਹਨਾਂ ਦੇ ਲਈ ਜਿਹੜੀ ਇੰਨੀ ਡਿਸਕ੍ਰੀਮੀਨੇਸ਼ਨ ਕੀਤੀ ਗਈ ਹੈ, ਇਹਨਾਂ ਨੂੰ 50 ਯੂਨਿਟਾਂ ਵੀ ਜੋ ਨਹੀਂ ਮਿਲੀਆਂ ਹੁਣ ਤੱਕ ਇਹਨਾਂ ਨਾਲ, ਅਤੇ ਜਿਹੜਾ ਕਾਨੂੰਨ ਬਿਲਕੁਲ ਜੇ ਕਾਨੂੰਨ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਅਸੀਂ, ਉਹ ਬੜੇ ਸਵਾਲ ਖੜ੍ਹੇ ਕਰਦਾ ਵੀ ਇਹਨਾਂ ਦੇ ਨਾਲ ਡਿਸਕ੍ਰੀਮੀਨੇਸ਼ਨ ਜਿਹੜੀ ਹੈ, ਕਿਉਂ ਅਸੀਂ ਇਹ ਗੱਲ 10 ਮਤਲਬ 11 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਹੈ, ਸੀਐਮ ਸਾਹਿਬ ਨੂੰ ਵਾਰ ਵਾਰ ਬੇਨਤੀਆਂ ਕੀਤੀਆਂ, ਅਲੱਗ ਅਲੱਗ ਡਿਪਾਰਟਮੈਂਟ ਜਿਹੜੇ ਚੇਅਰਮੈਨ ਸਾਡੇ ਇਲੈਕਟ੍ਰੀ ਪੱਥਰ ਹੀ ਚੱਲ ਰਿਹਾ ਸਰ, ਬਸ ਇਹੀ ਫਾਈਲਾਂ ਦੇ ਵਿੱਚ ਹੀ ਸਾਰਾ ਕੁਝ ਪਿਆ। ਪਰ ਆਪ ਕਲਪਨਾ ਤਾਂ ਕਰਕੇ ਦੇਖੋ ਕਿ ਉਸ ਵੇਲੇ ਜਿਸ ਵੇਲੇ ਕਨੈਕਸ਼ਨ ਕੱਟ ਹੋ ਜਾਂਦਾ, ਘਰ ਦੇ ਵਿੱਚ ਬਜ਼ੁਰਗ ਬੈੱਡ 'ਤੇ ਪਿਆ ਹੋਵੇ, ਬੱਚੇ ਬੈੱਡ 'ਤੇ ਪਏ ਹੋਣ, ਅਤੇ ਜਿਨ੍ਹਾਂ ਨੂੰ ਮਤਲਬ ਨਲਾਉਣ ਦੇ ਲਈ, ਜਿਨ੍ਹਾਂ ਦੇ ਕੱਪੜੇ ਧੋਣ ਦੇ ਲਈ, ਜਿਨ੍ਹਾਂ ਦੇ ਟੋਇਲਟ ਦੇ ਵਿੱਚ 100 ਬੰਦਿਆਂ ਦੇ ਟੋਇਲਟ ਦੇ ਵਿੱਚ ਪਾਣੀ ਪੂਰਾ ਕਰਨਾ, ਅਤੇ ਇਹਨਾਂ ਦੀਆਂ ਜਿੰਨੀਆਂ ਵੀ ਮਤਲਬ ਮੈਡੀਕਲ ਇਕੁਪਮੈਂਟਸ ਹੈਗੀਆਂ ਉਹਨਾਂ ਨੂੰ ਚੱਲਦੇ ਕਰਨਾ, ਕਮਰਸ਼ੀਅਲ ਮਸ਼ੀਨਾਂ ਕਿੰਨੀਆਂ ਲੱਗੀਆਂ ਹੋਈਆਂ ਜਗ੍ਹਾ ਜਗ੍ਹਾ 'ਤੇ, ਅਲੱਗ ਅਲੱਗ ਵਿੰਗਾਂ ਦੇ ਵਿੱਚ ਵੱਡੀਆਂ ਕਮਰਸ਼ੀਅਲ ਮਸ਼ੀਨਾਂ, ਕੱਪੜੇ ਧੋਣੇ, ਸੁਕਾਉਣੇ, ਅਤੇ ਫਿਰ ਮੈਡੀਕਲ ਇਕੁਪਮੈਂਟ ਇਹਨਾਂ ਦੇ, ਫਿਜ਼ੀਓਥਰੈਪੀ, ਮਤਲਬ ਇੰਨਾ ਕੁਝ ਜਿਹੜਾ ਜਿਹਦੇ ਨਿਰਭਰ ਕਰਦੇ ਸੀ, ਸਾਰਾ ਕੁਝ ਬਿਜਲੀ 'ਤੇ ਨਿਰਭਰ ਕਰਦਾ ਸੀ, ਔਰ ਬਿਜਲੀ ਇੰਨੀ ਇੰਪੋਰਟੈਂਟ ਸਮਝ ਕੇ ਅਸੀਂ ਪਿੰਡ ਪਿੰਡ ਤੱਕ ਪਹੁੰਚਾਈ ਹੈ ਕਿ ਇਹਨਾਂ ਨਾਗਰਿਕਾਂ ਦੀ ਜਾਨ ਤੋਂ ਜ਼ਿਆਦਾ ਇੰਪੋਰਟੈਂਟ ਹੋ ਗਈ ਬਿਜਲੀ, ਅਤੇ ਉਹ ਤਾਰ ਜੋੜਨੀ ਜ਼ਿਆਦਾ ਇੰਪੋਰਟੈਂਟ ਹੋ ਗਈ ਜਿਹੜੀ ਕੱਟਤੀ, ਫਿਰ ਬਿਜਲੀ ਤੁਸੀਂ ਟਰਾਂਸਫਾਰਮਰ ਵੀ ਡੈਮੇਜ ਕਰਤੇ, ਫਿਰ ਉਸ ਤੋਂ ਬਾਅਦ ਜਿਹੜੇ ਮੀਟਰ ਸੀ ਉਹ ਵੀ ਤਾਰ ਲੈ ਗਏ, ਕਿਹਨਾਂ ਦੇ ਤਾਰ ਕੇ ਲੇਕਿਨ ਜਿਹੜੇ ਨਾਗਰਿਕ ਤੁਸੀਂ ਭੇਜੇ ਹੈ, ਜਿਨ੍ਹਾਂ ਦੇ ਲਈ ਤੁਸੀਂ ਸਾਰਾ ਕੁਝ ਕਰਨਾ ਸੀ, ਹੁਣ ਜਿਹਨਾਂ ਨੇ ਭੇਜੇ ਉਹ ਡਿਪਾਰਟਮੈਂਟਾਂ ਦਾ, ਦੇਖੋ ਆਪਾਂ ਦੇਖੀਏ ਜਿਹੜਾ ਮੈਡੀਕਲ ਡਿਪਾਰਟਮੈਂਟ ਹੈਗਾ ਉਹਦਾ ਤਾਂ ਮਤਲਬ 100 ਕਰੋੜ ਤੋਂ ਵੀ ਵੱਧ ਬਿੱਲ ਖੜ੍ਹਾ ਹੈ, ਉੱਥੇ ਜਾਨਾਂ ਨੂੰ ਰਿਸਕ 'ਚ ਨਹੀਂ ਪਾਇਆ ਜਾ ਸਕਦਾ, ਉਹ ਨਹੀਂ ਕੱਟੇ ਗਏ, ਸਰਕਾਰ ਦੇ ਡਿਪਾਰਟਮੈਂਟਾਂ ਦੀ ਮਜਬੂਰੀ ਬਣ ਗਈ। ਹੁਣ ਅਸੀਂ ਤਾਂ ਪਾਣੀ ਇੱਥੇ, ਸਾਨੂੰ ਤਾਂ ਪਾਣੀ ਦੀ ਸਪਲਾਈ ਨਹੀਂ ਮਿਲੀ ਸਾਨੂੰ, ਮੀਨਸ ਇਹ ਨਾਗਰਿਕਾਂ ਨੂੰ ਜਿਹੜੇ ਪੰਜਾਬ ਦੇ ਬਜ਼ੁਰਗ, ਪੰਜਾਬ ਦੇ ਬੱਚੇ ਅਤੇ ਇਸ ਮਤਲਬ ਸਟੇਟ ਦਾ ਨਾਗਰਿਕ ਹੈਗਾ, ਬੀਬੀਆਂ ਵੀ ਹੈਗੀਆਂ, ਹੈ ਨਾ, ਅਲੱਗ ਅਲੱਗ ਤਰ੍ਹਾਂ ਦੇ ਨਾਗਰਿਕ ਜਿਹੜੇ ਵਿਚਾਰੀਆਂ ਲੋੜਾਂ, ਇਹਨਾਂ ਨੂੰ ਜੇ ਪਾਣੀ ਦੀ ਸਪਲਾਈ ਨਹੀਂ ਦੇ ਸਕੇ, ਚਲੋ ਪਾਣੀ ਤਾਂ ਹੁਣ ਬਿਜਲੀ ਜਿਹੜੀ ਸੀ ਉਹਦੇ ਨਾਲ ਹੀ ਆਪਾਂ ਮੋਟਰਾਂ ਦੇ ਨਾਲ ਕੱਢਣਾ ਸੀ ਨਾ, ਜਨਰੇਟਰਾਂ ਦੇ ਇੰਨਾ ਇੱਕਦਮ ਇੰਨਾ ਲੋਡ ਪਾ ਕੇ ਉਹ ਲੋੜਾਂ ਉਸ ਲੈਵਲ ਦੀਆਂ ਕਿੱਦਾਂ ਪੂਰੀਆਂ ਕਰਦੀ, ਬਲੋਰ ਲਾ ਲਾ ਕੇ ਵੀ ਉਸ ਵੇਲੇ ਵਾਤਾਵਰਨ ਜਿਹੜਾ ਦੇ ਰਹੇ ਸੀ, ਸਰਦੀਆਂ ਦਾ ਆਪਣਾ ਅਤੇ ਗਰਮੀਆਂ ਦਾ ਆਪਣਾ, ਇਹ ਮਤਲਬ ਐਡੀ ਵੱਡੀ ਜਿਹੜੀ ਸਮੱਸਿਆ, ਇੱਕਦਮ ਇਹਨਾਂ ਦੇ ਹਾਲਾਤ ਇੱਕਦਮ ਸੀਰੀਅਸ ਬਣਾਉਣੇ, ਇਹਨਾਂ ਦੀ ਜਿਹੜੀ ਪਹਿਲਾਂ ਹੀ ਮਾਨਸਿਕ ਪੀੜਾ ਸੀ ਉਹ ਇੰਨੀ ਜ਼ਿਆਦਾ ਵਧਾਉਣੀ, ਅਤੇ ਇਹਨੂੰ ਮਤਲਬ ਜੇ ਆਪਾਂ ਫੀਲ ਕਰਕੇ ਦੇਖੀਏ ਵੀ ਕਿਸ ਤਰ੍ਹਾਂ ਇਹ ਜਿਹੜਾ ਇਹਨਾਂ ਦਾ ਦੁੱਖ ਹੈਗਾ ਉਹਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ। 2020 ਦੀ ਗੱਲ ਕੀਤੀ ਸੀ ਕਿ ਉਦੋਂ ਤੋਂ ਹੀ ਇਹ ਲਟਕਦਾ ਆ ਰਿਹਾ ਮਸਲਾ ਹੈਗਾ, ਅਤੇ ਤੁਸੀਂ ਉਸ ਵਕਤ ਦੀ ਸਰਕਾਰ ਕੋਲ ਗਏ, ਇਸ ਵਕਤ ਦੀ ਸਰਕਾਰ, ਦੋਨਾਂ ਸਰਕਾਰਾਂ ਦਾ ਇੱਕੋ ਜਿਹੀ ਰਿਐਕਸ਼ਨ ਰਿਹਾ ਕਿ ਉਹਨਾਂ ਨੇ ਇਸ ਮਸਲੇ ਨੂੰ ਕੋਈ ਇਗਨੋਰ ਕੀਤਾ ਇਹਨਾਂ ਨਾਗਰਿਕਾਂ ਨੂੰ ਵੱਡੇ ਪੱਧਰ 'ਤੇ, ਜਾਂ ਮੈਂ ਹੋਰ ਕੀ ਕਹਾਂ ਵੀ ਇਗਨੋਰ ਨਹੀਂ ਕੀਤਾ, ਅਤੇ ਜਿਹੜੇ ਕਰ ਰਹੇ ਸੀ ਉਹਨਾਂ ਦਾ ਵੀ ਤੁਸੀਂ ਮਤਲਬ ਬਿਜਲੀ ਪਾਣੀ ਬੰਦ ਕਰ ਦੇਣਾ, ਅਤੇ ਉਸ ਦੇ ਵਿੱਚ ਹੁਣ ਪਾਣੀ ਤਾਂ ਅਸੀਂ ਇੱਥੇ ਪੈਦਾ ਕਰ ਲਿਆ ਵੀ ਚਲੋ ਅਸੀਂ ਆਪਣਾ ਲਾਈਕ ਵੀ ਸਾਨੂੰ ਬਿਜਲੀ ਨਾਲ ਅਸੀਂ ਪਾਣੀ ਕੱਢ ਲੈਂਦੇ ਹਾਂ, ਵੱਡਾ ਕਹਿ ਲਓ ਵੱਡੇ ਬੋਰ ਲਗਾਏ, ਪਰ ਜਿਹੜੇ ਬੰਦੇ ਜਿਹੜੇ ਡਿਪਾਰਟਮੈਂਟ ਹੈ ਗੌਰਮੈਂਟ ਦੇ, ਵਾਟਰ ਸਪਲਾਈ, ਸੈਨੀਟੇਸ਼ਨ, ਇਹਨਾਂ ਦਾ ਬਿੱਲ ਪਤਾ ਕਿੰਨਾ ਪੈਂਡਿੰਗ ਹੋਊਗਾ? ਇਹਨਾਂ ਦਾ ਬਿੱਲ ਪੈਂਡਿੰਗ 2000 ਕਰੋੜ ਤੋਂ ਉੱਪਰ ਪੈਂਡਿੰਗ ਪਿਆ ਹੋਣਾ, 2400 ਕਰੋੜ ਤੋਂ ਵੀ ਉੱਪਰ ਹੋਣਾ, 2400 ਕਰੋੜ ਤੋਂ ਉੱਪਰ ਹੋਣਾ, ਪਰ ਏਸੀ ਵੀ ਲੱਗੇ ਹੋਣਗੇ ਉਹਨਾਂ ਦੇ ਕੋਲ, ਅਤੇ ਉਹਨਾਂ ਦੇ ਕੋਲ ਹਰ ਤਰ੍ਹਾਂ ਦੀ ਸਹੂਲਤ ਵੀ ਹੈਗੀ ਹੈ, ਅਤੇ ਮਜਬੂਰੀ ਉਹਨਾਂ ਦੀ ਉਹ ਬਿੱਲ ਭਰਾ ਨਹੀਂ ਸਕੇ, ਉੱਥੇ ਕੋਈ ਕਨੈਕਸ਼ਨ ਨਹੀਂ ਇਕੱਠ ਹੋਇਆ, ਇੱਥੇ ਲਾਈਫ ਜਿਹੜੀ ਸੀ ਇੰਨੀ ਇੰਪੋਰਟੈਂਟ ਨਾਗਰਿਕ ਦੀ ਉਹਨੂੰ ਇੰਨਾ ਰਿਸਕ ਦੇ ਵਿੱਚ ਪਾ ਦਿੱਤਾ, ਅਤੇ ਬੱਚੇ ਜਿਹੜੇ ਸੀ ਉਹਨਾਂ ਦੀ ਪੜ੍ਹਾਈ ਨੂੰ ਇੱਕਦਮ ਰਿਸਕ 'ਚ ਪਾ ਦਿੱਤਾ, ਉਹ ਘਾਟਾ ਕਿਤੇ ਪੂਰਾ ਹੋ ਜੂਗਾ ਜਿਹੜੇ ਉਹਨਾਂ ਦੇ ਇੰਨੇ ਮਤਲਬ ਬੱਚਿਆਂ ਨੂੰ ਜਿਹੜਾ ਇਹ ਨੁਕਸਾਨ ਹੋਇਆ, ਅਤੇ ਜਦੋਂ ਸਰਕਾਰ ਦੇ ਡਿਪਾਰਟਮੈਂਟ ਕੋਲ ਬਿੱਲ ਨਹੀਂ ਦੇ ਹੋਇਆ, ਸਰਕਾਰ ਦੇ ਡਿਪਾਰਟਮੈਂਟ ਨੇ ਬੱਚੇ ਭੇਜਤੇ ਇੱਥੇ, ਬਜ਼ੁਰਗ ਭੇਜਤੇ ਇੱਥੇ, ਨਾਗਰਿਕ ਭੇਜਤੇ ਇੱਥੇ, ਇੱਥੇ ਜਿਹੜਾ ਸੀ ਹੋਰ ਕੁਛ ਨਹੀਂ ਕੀਤਾ ਸਰਕਾਰ ਨੇ,
ਅਤੇ ਸਿਰਫ ਇੱਕ ਬਿਜਲੀ ਦੀ ਉਹ ਗੱਲ ਸੀ, ਜੇ ਕੋਈ ਕਨਫਿਊਜ਼ਨ ਸੀ ਤਾਂ ਉਹਦਾ ਹੱਲ ਕੱਢਦੇ, ਜੇ ਹੋਰ ਨੂੰ ਤੁਸੀਂ ਯੂਨਿਟਾਂ ਫਰੀ ਦੇ ਸਕਦੇ ਹੈ ਅਤੇ ਇਹਨਾਂ ਨਾਲ ਵਿਤਕਰਾ ਕਿਉਂ, ਇਹਨੂੰ 50 ਯੂਨਿਟਾਂ ਤੁਸੀਂ ਕਿਵੇਂ ਨਹੀਂ, ਕਿਉਂ ਨਹੀਂ ਦੇ ਸਕਦੇ, ਕੀ ਕਾਰਨ ਹੈ ਇਹਨਾਂ ਨਾਲ ਡਿਸਕ੍ਰੀਮੀਨੇਸ਼ਨ ਜਿਹੜੀ ਹੈਗੀ ਹੈ ਉਹ ਕਿਉਂ ਹੋ ਰਹੀ ਹੈ, ਇਹਨਾਂ ਨੂੰ ਤੁਰੰਤ ਇਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ। ਜੇ ਤੁਸੀਂ ਇਹਨਾਂ ਨੂੰ ਸਿਰ 'ਤੇ ਛੱਤ ਨਹੀਂ ਦੇ ਸਕੇ, ਜੇ ਤੁਸੀਂ ਇਹਨਾਂ ਦੇ ਇਲਾਜ ਦਵਾਈਆਂ ਜੋ ਐਕਟ ਦੇ ਵਿੱਚ ਬੜਾ ਕਲੀਅਰ ਸਵਾਲ ਖੜ੍ਹੇ ਕਰ ਰਿਹਾ, ਜੋ ਕਾਨੂੰਨ, ਜੇਕਰ ਉਹ ਕੁਛ ਵੀ ਮਤਲਬ ਆਪਾਂ ਪਰਵਾਏ, ਨਰਸਾਂ ਵੀ ਤਾਂ ਲਾਉਣੀਆਂ ਸੀ ਉੱਥੇ, ਕੇਅਰ ਟੇਕਰ ਵੀ ਤਾਂ ਲਾਉਣੇ ਸੀ ਉੱਥੇ, ਡਾਕਟਰ ਵੀ ਤਾਂ ਲਾਉਣੇ ਸੀ ਉੱਥੇ, ਸੁਪਰਵਾਈਜ਼ਰ ਸੁਪਰਡੈਂਟ ਵੀ ਤਾਂ ਲਾਉਣੇ ਸੀ, ਉਹ ਤੁਸੀਂ ਕੁਛ ਵੀ ਨਹੀਂ ਲਾ ਸਕੇ, ਅਤੇ ਜੇਕਰ ਐਨ ਜੀ ਓ ਨੇ ਇਹ ਸਾਰਾ ਕੁਛ ਪਬਲਿਕ ਦੇ ਸਹਿਯੋਗ ਨਾਲ ਕੀਤਾ ਹੈ ਤਾਂ ਫਿਰ ਕਮ ਸੇ ਕਮ ਬਿਜਲੀ ਪਾਣੀ ਬੰਦ ਕਰਕੇ ਜਿਹੜੀ ਸਿਹਤ ਅਤੇ ਸਿੱਖਿਆ 'ਤੇ ਇੰਨਾ ਵੱਡਾ ਬੁਰਾ ਪ੍ਰਭਾਵ ਪਾਇਆ ਅਤੇ ਇਹਨਾਂ ਨੇ ਕੀ ਕਸੂਰ ਕਰ ਦਿੱਤਾ ਇਹਨਾਂ ਮਤਲਬ ਨਾਗਰਿਕਾਂ ਨੇ? ਹੁਣ ਕਿੰਨੇ ਨੇ ਤੁਹਾਡੇ ਕੋਲ ਪੇਸ਼ੈਂਟ ਕਿੰਨੇ ਨੇ ਇੱਥੇ ਸਾਡੇ ਕੋਲ? ਸਾਡੇ ਨਾਗਰਿਕ ਜਿਹੜੇ ਹੈਗੇ ਆ ਇਹ 450 ਦੇ ਲਗਭਗ ਡੇਲੀ ਨਵੇਂ ਵੀ ਆ ਜਾਂਦੇ ਅਤੇ ਚਲੇ ਵੀ ਜਾਂਦੇ ਜੋ ਠੀਕ ਹੋ, ਜਿਹਨਾਂ ਦਾ ਕੋਈ ਨਹੀਂ ਹੈਗਾ ਉਹ ਤਾਂ ਇੱਥੇ ਹੀ ਆ, ਹੁਣ ਜਿਹਨੇ ਸ਼ਾਦੀ ਨਹੀਂ ਕਰਾਈ ਹੋਈ, ਜਿਹਨਾਂ ਦੇ ਮਾਂ ਬਾਪ ਹੈ ਹੀ ਨਹੀਂ ਬੱਚਿਆਂ ਦੇ, ਵੱਡੀ ਗਿਣਤੀ 'ਚ ਤਾਂ ਉਹ ਰਹਿ ਰਹੀਆਂ ਨੇ 1400 ਤੋਂ ਉੱਪਰ, 1400 ਦੇ ਲਗਭਗ ਤਾਂ ਠੀਕ ਹੋ ਕੇ ਚੱਲੇ ਵੀ ਗਏ ਸਾਰੇ। ਇਹ ਮਤਲਬ ਹੁਣ ਇੱਥੇ ਇਹਨਾਂ ਦੀ ਕੇਅਰ, ਟ੍ਰੀਟਮੈਂਟ, ਰੀਹੈਬਲੀਟੇਸ਼ਨ, ਇਹਨਾਂ ਦੀ ਵੋਕੇਸ਼ਨਲ, ਸਾਰਾ ਕੁਝ ਲਗਾਤਾਰ ਚੱਲ ਹੀ ਰਿਹਾ ਜੀ। ਹਾਂਜੀ, ਤਾਂ ਨੋਨ ਗੌਰਮੈਂਟ ਔਰਗਨਾਈਜੇਸ਼ਨਸ ਲਗਾਤਾਰ ਜਿਹੜਾ ਉਹ ਕੰਮ ਵੀ ਕਰਦੀਆਂ ਨੇ ਜਿਹੜਾ ਸਰਕਾਰ ਦੇ ਦਾਇਰੇ ਤੋਂ ਬਾਹਰ ਹੈ, ਸਰਕਾਰ ਉੱਥੇ ਆਪਣਾ ਫਰਜ਼ ਨਹੀਂ ਅਦਾ ਕਰ ਪਾਉਂਦੀ ਜਾਂ ਸਰਕਾਰ ਕੋਲ ਵਸੀਲੇ ਨਹੀਂ ਹੈਗੇ, ਤਾਂ ਪਰ ਸੰਗਤ ਦੇ ਸਹਿਯੋਗ ਦੇ ਨਾਲ, ਸੰਗਤ ਦੇ ਸਾਧਨਾਂ ਦੇ ਨਾਲ ਅਜਿਹੇ ਜਿਹੜੇ ਐਨ ਜੀ ਓ ਨੇ ਉਹ ਚੱਲ ਰਹੇ ਨੇ। ਪ੍ਰਭ ਆਸਰਾ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਔਰ ਇਹਨਾਂ ਦੀ ਕੋਈ ਖਾਸ ਵੱਡੀ ਮੰਗ ਨਹੀਂ ਹੈ, ਇਹਨਾਂ ਕੋਲ ਸਾਰਾ ਹੀ ਸੈਟਅਪ ਹੈਗਾ, ਬਹੁਤ ਸਾਰੇ ਪੇਸ਼ੈਂਟ ਆ ਰਹੇ ਨੇ, ਬਹੁਤ ਸਾਰੇ ਪੇਸ਼ੈਂਟ ਇੱਥੇ ਐਡਮਿਟ ਨੇ, ਉਹਨਾਂ ਦੀ ਜ਼ਿੰਦਗੀ ਦਾ ਸਵਾਲ ਹੈ, ਉਹਨਾਂ ਦੀ ਸਿਹਤ ਦਾ ਸਵਾਲ ਹੈ ਔਰ ਉਹਨਾਂ ਦਾ ਇਲਾਜ ਵੀ ਇੱਥੇ ਹੁੰਦਾ ਅਤੇ ਇਹਦੇ ਲਈ ਉਹ ਕਨੈਕਸ਼ਨ ਬਹਾਲੀ ਦੀ ਜਿਹੜੀ ਮੰਗ ਆ ਉਹ ਕਰ ਰਹੇ ਨੇ। ਬਹੁਤ ਵਾਰ ਇਹ ਹੁੰਦਾ ਕਿ ਮਸਲਾ ਜਿਹੜਾ ਇਗਨੋਰ ਕਰ ਦਿੱਤਾ ਜਾਂਦਾ, ਅੱਖਾਂ ਦੇਖਿਆ ਕਰ ਦਿੱਤਾ ਜਾਂਦਾ, ਪਰ ਜਿਹੜਾ ਇੱਥੇ ਬਹੁਤ ਸਾਰੀਆਂ ਜ਼ਿੰਦਗੀਆਂ ਦਾ ਸਵਾਲ ਹੈ ਤਾਂ ਇਹ ਮਸਲਾ ਤੁਹਾਡੇ ਤੱਕ ਲਿਆਉਣਾ ਜ਼ਰੂਰੀ ਸੀ ਕਿ ਸਰਕਾਰ ਨੂੰ ਵੀ ਅਜਿਹੇ ਮਸਲਿਆਂ 'ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਜੋ ਔਰਗਨਾਈਜੇਸ਼ਨਸ ਲਗਾਤਾਰ ਕੰਮ ਕਰ ਰਹੀਆਂ ਨੇ, ਸਮਾਜ ਦੇ ਭਲੇ ਦੇ ਲਈ ਕਰ ਰਹੀਆਂ ਨੇ, ਲੋਕਾਂ ਦੇ ਭਲਾਈ ਦੇ ਲਈ ਕੰਮ ਕਰ ਰਹੀਆਂ ਨੇ, ਤਾਂ ਉਹਨਾਂ ਦੇ ਲਈ ਜਿਹੜੇ ਇਸ ਤਰ੍ਹਾਂ ਦੀ ਕੋਈ ਅੜਚਣ ਆ ਉਹ ਪੈਦਾ ਨਾ ਹੋਵੇ, ਜਿਸ ਕਰਕੇ ਉਹਨਾਂ ਦਾ ਕੰਮ ਹੈ ਜਿਹੜਾ ਜਿਹੜਾ ਉਹ ਸੇਵਾ ਜਾਂ ਜਿਹੜੀ ਉਹ ਆਪਣਾ ਫਰਜ਼ ਨਿਭਾ ਰਹੀਆਂ ਨੇ ਉਹ ਕਿਤੇ ਨਾ ਕਿਤੇ ਜਿਹੜਾ ਪ੍ਰਭਾਵਿਤ ਹੋਵੇ। ਕੈਮਰੇ 'ਤੇ ਮੇਰਾ ਸਾਥ ਦੇ ਰਹੇ ਸੀ ਸੁਰਿੰਦਰ, ਮੈਂ ਮਨਪ੍ਰੀਤ ਸਿੰਘ, ਨਿਰਪੱਖ ਪੋਸਟ ਦੇ ਲਈ ਧੰਨਵਾਦ।